ਮੋਹਾਲੀ ਜ਼ਿਲ੍ਹੇ ਦੇ ਕਸਬਾ ਸਿਆਲਬਾ ਸਥਿਤ ਕੋਆਪਰੇਟਿਵ ਬੈਂਕ ਦੇ ਵਿੱਚ ਜੋ ਵੱਡਾ ਘਪਲੇਬਾਜ਼ੀ ਖਾਤਾ ਧਾਰਕਾਂ ਦੇ ਨਾਲ ਹੋਈ ਹੈ, ਜਦੋਂ ਪਤਾ ਲੱਗਦਾ ਹੈ ਕਿ ਲੰਮੇ ਸਮੇਂ ਤੋਂ ਇੱਕ ਹੀ ਮੈਨੇਜਰ ਵਿਸ਼ਵਾਸ ਖਾਤਾ ਧਾਰਕਾਂ ਦਾ ਉਸ 'ਤੇ ਚੱਲ ਰਿਹਾ ਸੀ। ਸ਼ੱਕ ਪੈਂਦਾ ਹੈ ਕਿਸੇ ਬਜ਼ੁਰਗ ਨੇ ਜ਼ਮੀਨ ਖਰੀਦਣ ਲਈ ਆਉਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਸਦਾ 1.5 ਕਰੋੜ ਦੇ ਕਰੀਬ ਪੈਸਾ ਜੋ ਉੱਥੋਂ ਉੜ ਚੁੱਕਿਆ ਹੈ। 2-4 ਦਿਨ ਘੁੰਮਦੇ ਨੇ, ਉਹ ਧਰਵਾਸੇ ਦਿੰਦਾ ਹੈ ਅਤੇ ਚੱਲਦੇ ਚੱਲਦੇ ਜਦੋਂ ਨਹੀਂ ਹੋਇਆ ਤਾਂ ਇੱਕ ਤੋਂ ਬਾਅਦ ਉਸ ਤੋਂ ਦੂਜੇ ਨੂੰ ਪਤਾ ਲੱਗਦਾ ਤਾਂ ਰੌਲਾ ਪੈਂਦਾ। ਤਾਂ ਪ੍ਰੈਸ ਦੇ ਜ਼ਰੀਏ ਹੁਣ ਜਦੋਂ ਪੜਤ ਖੁੱਲ੍ਹਦੀ ਹੈ ਤਾਂ ਘਪਲਾ ਖੁੱਲ੍ਹਦਾ ਜਾ ਰਿਹਾ ਹੈ, ਅੱਗੇ ਕੜੀ ਜੁੜਦੀ ਜਾ ਰਹੀ ਹੈ। ਕਰੋੜਾਂ ਦੇ ਵਿੱਚ ਪੈਸਾ ਜੋ ਉੱਥੋਂ ਗਾਇਬ ਹੋ ਚੁੱਕਾ ਹੈ, ਖਾਤਿਆਂ ਦੇ ਵਿੱਚੋਂ ਲੋਕਾਂ ਦੇ ਕਿਰਤ ਦੀ ਕੀਤੀ ਹੋਈ ਕਮਾਈ। ਵੱਡੀ ਗੱਲ ਇੱਥੇ ਇਹ ਵੀ ਸਾਹਮਣੇ ਆਈ ਹੈ ਕਿ ਟਕੋਰਾਂ ਖੁਰਦ ਦੇ ਗੁਰੂ ਘਰ ਦਾ ਪੈਸਾ ਜੋ ਲੱਖਾਂ ਦੇ ਵਿੱਚ ਸੀ, ਜੋ ਉਸਾਰੀ ਹੋਣੀ ਸੀ ਗੁਰੂ ਘਰ ਦੇ ਲਈ ਸੰਗਤਾਂ ਨੇ ਇਕੱਠਾ ਕੀਤਾ ਸੀ, ਉਹ ਵੀ ਬੈਂਕ ਦੇ ਵਿੱਚ ਉਕਤ ਦੋਸ਼ੀ ਕਰਮਚਾਰੀ ਵੱਲੋਂ ਜਮ੍ਹਾਂ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਅੱਜ ਲੋਕਾਂ ਦੇ ਲਾਈਨਾਂ ਤਾਂਤੇ ਲੱਗੇ ਰਹੇ। ਉਹਨਾਂ ਦਾ ਜਦੋਂ ਆ ਕੇ ਦੇਖਦੇ ਨੇ ਕਿਸੇ ਦਾ 20 ਲੱਖ, 40 ਲੱਖ, 50 ਲੱਖ, ਉਸ ਤੋਂ ਬਾਅਦ ਅੱਗੇ ਹੁਣ ਕੀ ਹੁੰਦਾ ਹੈ ਉਹ ਵੀ ਦੇਖਦੇ ਹਾਂ। ਟਕੋਰਾਂ ਦੇ ਗੁਰੂ ਘਰ ਵਿੱਚ ਅਸੀਂ ਹਾਜ਼ਰ ਹਾਂ, ਸਾਰੇ ਪ੍ਰਬੰਧਕ ਸਾਡੇ ਨਾਲ ਇੱਥੇ ਹਾਜ਼ਰ ਹੈ। ਕਿਵੇਂ ਹੋਇਆ, ਤੁਹਾਨੂੰ ਕਦੋਂ ਪਤਾ ਲੱਗਿਆ ਕਿੰਨਾ ਪੈਸਾ ਸੀ, ਕਿ ਉਹ ਜਮ੍ਹਾਂ ਨਹੀਂ ਤੁਹਾਡਾ ਹੋਇਆ ਬੈਂਕ ਦੇ ਵਿੱਚ? ਸਾਨੂੰ ਇਹਦੇ ਬਾਰੇ ਕੱਲ੍ਹ ਪਤਾ ਲੱਗਿਆ ਜੀ, ਕੱਲ੍ਹ ਜਦੋਂ ਤੁਹਾਡੀ ਨਿਊਜ਼ ਸੁਣੀ ਜੀ। ਉਸ ਤੋਂ ਬਾਅਦ ਅਸੀਂ ਆਪਣੇ ਕਾਪੀ ਲੈ ਕੇ ਉੱਥੇ ਚਲੀ ਗਏ ਜੀ ਬੈਂਕ 'ਚ ਐਂਟਰੀ ਵਗੈਰਾ ਚੈੱਕ ਕਰਨ ਨੂੰ। ਉਹਨਾਂ 'ਚ ਚੈੱਕ ਕਰਵਾਇਆ ਜੀ ਐਂਟਰੀ, ਇੱਕ ਤਾਂ ਉਹਨਾਂ ਨੇ ਹੱਥ ਨਾਲ ਲਿਖੀ ਹੋਈ ਸੀ ਮੈਨੇਜਰ ਸਾਹਿਬ ਨੇ, ਜਸਵੀਰ ਸਿੰਘ ਨੇ ਜੀ। ਕੰਪਿਊਟਰ 'ਤੇ ਨਹੀਂ ਕੱਢਦੇ? ਨਹੀਂ, ਕੰਪਿਊਟਰ 'ਤੇ ਨਹੀਂ ਕੱਢਦੇ ਜੀ, ਹੱਥ 'ਚ ਲਿਖੀ ਜੀ। ਅਸੀਂ ਦਿੱਤੇ ਸੀਗੇ ਜੀ ਉਹਨਾਂ ਨੂੰ 3,97,000 ਕੁਛ ਅਮਾਊਂਟ ਸੀਗੀ ਜੀ, 4 ਲੱਖ ਦੇ ਕਰੀਬ। ਹਾਂਜੀ, 4 ਲੱਖ ਦੀ ਜੀ। ਉਹ ਕਹਿੰਦੇ ਵੀ ਇਹ ਇਕੱਠੀ ਨਹੀਂ ਅਮਾਊਂਟ ਜਮ੍ਹਾਂ ਹੋਣੀ, ਜਾਣ ਜਾ ਕਰਕੇ ਹੋਣੀ, ਤੁਹਾਡੇ ਕੋਲ ਗੁਰਦੁਆਰਾ ਸਾਹਿਬ ਦਾ ਉਹਦਾ ਪੈਨ ਕਾਰਡ ਨਹੀਂ ਬਣਿਆ ਹੋਇਆ। ਅਸੀਂ ਕਿਹਾ ਚਲੋ ਹੁਣ ਜਾਣ ਜਾ ਕਰਕੇ ਤੁਸੀਂ ਜਮ੍ਹਾਂ ਕਰ ਦਿਓ, ਵੀ ਮੈਂ ਪਰਸੋਂ ਨੂੰ ਐਂਟਰੀ ਕਰਵਾ ਲਈ ਜੂੰਗਾ ਜੀ। ਉਸ ਤੋਂ 4 ਦਿਨ ਬਾਅਦ ਮੈਂ ਐਂਟਰੀ ਕਰਵਾ ਲਈ ਕਾਪੀ 'ਤੇ, ਉਹਨਾਂ ਨੇ ਹੱਥ ਨਾਲ ਐਂਟਰੀ ਕਰਕੇ ਦੇ ਦਿੱਤੀ। ਸਾਨੂੰ ਹੋ ਗਿਆ ਵੀ ਜਮ੍ਹਾਂ ਹੋ ਗਏ ਪੈਸੇ, ਕਿਉਂਕਿ ਪੁਰਾਣੀ ਜਿਹੜੀ ਅਮਾਊਂਟ ਹੈ ਜੀ 5 ਲੱਖ, ਉਹ ਵੀ ਇੱਦਾਂ ਹੀ ਜਮ੍ਹਾਂ ਹੋਈ ਹੈ ਜੀ, ਹੱਥ ਨਾਲੇ ਲਿਖੇ ਹੋਏ ਆ ਉਹਨਾਂ ਨੇ। ਜਦੋਂ ਜਮ੍ਹਾਂ ਹੁੰਦੇ ਕੋਈ ਵੀ ਕਰਮਚਾਰੀ ਆਪਣੇ ਕੋਲ ਪੈਸਾ ਹੀ ਨਹੀਂ ਰੱਖਦਾ, ਪਰ ਉਹਨੇ ਆਪਣੇ ਕੋਲ ਤੁਹਾਡੇ ਸਾਰੇ? ਹਾਂਜੀ, ਆਪਣੇ ਕੋਲ ਰੱਖੇ ਜੀ। ਚਲੋ ਅਸੀਂ ਵਿਸ਼ਵਾਸ ਕਰਦੇ ਸੀਗੇ ਪਹਿਲਾਂ ਪੁਰਾਣੇ ਸੀ। ਹਾਂਜੀ ਹਾਂਜੀ, ਮੈਨੇਜਰ ਸੀਗੇ ਉਹਨਾਂ ਨੇ ਫਿਰ ਐਂਟਰੀ ਕਰਕੇ ਦੇ ਦਿੱਤੀ। ਸਾਨੂੰ ਵਿਸ਼ਵਾਸ ਹੋ ਗਿਆ ਵੀ ਐਂਟਰੀ ਹੋ ਗਈ, ਵੀ ਜਮ੍ਹਾਂ ਹੋ ਗਏ ਪੈਸੇ। ਹੁਣ ਜਦੋਂ ਤੁਹਾਡੀ ਨਿਊਜ਼ ਦੇਖੀ ਜੀ, ਉਸ ਤੋਂ ਬਾਅਦ ਅਸੀਂ ਐਂਟਰੀ ਕਰਵਾਈ, ਉਸ 'ਚੋਂ 3,38,000 ਰੁਪਈਆ ਜਮ੍ਹਾਂ ਨਹੀਂ ਹੋਇਆ ਹੋਇਆ ਜੀ, ਸਿਰਫ 1,49,000 ਜਮ੍ਹਾਂ ਹੋਏ ਹੋਏ ਹੈ ਜੀ। ਦੂਜੀ ਗੱਲ ਜੀ, ਮੇਰਾ ਇੱਕ ਪਰਸਨਲ ਅਕਾਊਂਟ ਸੀਗਾ ਜੀ, ਸੇਮ ਉਸੀ ਡੇਟ ਨੂੰ ਮੈਂ ਆਪਣਾ ਚੈੱਕ ਲਾਇਆ ਸੀਗਾ 2 ਲੱਖ ਦਾ ਜੀ। ਚੈੱਕ ਲਾਇਆ, ਚੈੱਕ ਲਾਉਣ ਤੋਂ 3 ਦਿਨ ਬਾਅਦ, 1 ਦਿਨ ਬਾਅਦ ਉਹ ਕੈਸ਼ ਹੋ ਗਿਆ, 3 ਦਿਨ ਬਾਅਦ ਉਹਨਾਂ ਨੇ ਪੈਸੇ ਕੱਢ ਲਏ ਉਸ 'ਚੋਂ। ਮੈਨੂੰ ਏਦਾਂ ਸੀਗਾ ਵੀ ਚਲੋ ਜਮ੍ਹਾਂ ਪਏ ਆ, ਮੇਰਾ ਚੈੱਕ ਦੂਜੇ ਪਾਸੇ ਤੋਂ ਕੱਟ ਗਏ ਪੈਸੇ, ਉਸ 'ਚ ਕੈਸ਼ ਹੋ ਗਿਆ। ਤੁਹਾਡੇ ਖਾਤੇ ਵਿੱਚੋਂ ਕੱਢੇ ਗਏ? ਹਾਂਜੀ, ਖਾਤੇ ਵਿੱਚੋਂ ਕੱਢੇ ਗਏ, ਨਾ ਮੇਰੀ ਚੈੱਕ ਬੁੱਕ ਹੈ ਜੀ ਉੱਥੇ, ਮੈਂ ਇਸ਼ੂ ਕਰਵਾਈ ਹੋਈ, ਉਹ ਸਿਰਫ ਮੈਂ ਪੈਸੇ ਜਮ੍ਹਾਂ ਕਰਵਾਉਣ ਵਾਸਤੇ, ਸੇਵਿੰਗ ਵਾਸਤੇ ਰੱਖਿਆ ਹੋਇਆ ਸੀਗਾ ਜੀ ਅਕਾਊਂਟ, ਨਾ ਕੋਈ ਮੇਰੇ ਕੋਲ ਮੈਸੇਜ ਆਇਆ ਜੀ। ਇਹਨਾਂ ਨੂੰ ਖੁਦ ਦੇਖਣਾ ਚਾਹੀਦਾ ਜੀ ਬੈਂਕ ਨੂੰ। ਜਦੋਂ ਆਪਾਂ ਫੋਰਮ ਭਰਦੇ ਹਾਂ, ਸਭ ਤੋਂ ਪਹਿਲਾਂ ਫੋਨ ਨੰਬਰ ਲਿਖਿਆ ਜਾਂਦਾ ਜੀ, ਫੋਨ ਨੰਬਰ ਲਿਖਿਆ ਹੋਇਆ ਇਹਨਾਂ ਨੇ, ਅੱਜ ਤੱਕ ਅਟੈਚ ਨਹੀਂ ਕਰਿਆ। ਮੇਰੇ 3 ਅਕਾਊਂਟ ਹੈ ਜੀ, ਪਿੰਡ ਖੁਦ ਬੇਰਕਾ ਡੈਰੀ ਦਾ ਜੀ, ਗੁਰਦੁਆਰਾ ਸਾਹਿਬ ਦਾ ਹੈ, ਮੇਰਾ ਇੱਕ ਪਰਸਨਲ ਅਕਾਊਂਟ ਹੈ ਜੀ, ਕਿਸੇ ਦਾ ਵੀ ਨੰਬਰ ਨਹੀਂ ਐਡ ਕਰਿਆ ਇਹਨਾਂ ਨੇ ਅੱਜ ਤੱਕ। ਅੱਛਾ, ਹਾਂਜੀ, ਇਹਨਾਂ ਦਾ ਪੇਜ ਧੋਖਾਧੜੀ ਦਾ ਸਭ ਤੋਂ ਬੜਾ ਕਾਰਨ ਇਹੀ ਹੈ ਜੀ, ਮੈਸੇਜ ਨਹੀਂ ਆਉਂਦਾ। ਮੈਸੇਜ ਵੈਸੇ ਜਿਨ੍ਹਾਂ ਦੇ ਚੱਲ ਵੀ ਰਹੇ ਸੀ, ਉਹ ਵੀ ਉਹ ਕਹਿ ਰਹੇ ਕਿ ਸਾਨੂੰ ਮੈਸੇਜ ਉਹਨੇ ਆਉਣ ਹੀ ਨਹੀਂ ਦਿੱਤਾ, ਲੋਕ ਲਗਾ ਦਿੱਤੇ। ਤੇ ਲੋਕ ਕਮਿਸ਼ਨ ਦੀ ਟੀਮ ਅੱਜ DSP ਸਾਹਿਬ ਨੂੰ ਮਿਲੀ ਸੀ, ਉਹਨਾਂ ਨੇ SHO ਨੂੰ ਬੁਲਾ ਕੇ ਅੱਜ ਕਾਰਵਾਈ ਲਈ ਕਿਹਾ ਕਿ FIR ਦਰਜ ਹੋ ਜੂ, ਵੀ ਉਸ ਤੋਂ ਬਾਅਦ ਬਿਆਨ ਦਰਜ ਹੋਣਗੇ ਤੇ ਤੁਹਾਡੇ ਵੱਲੋਂ ਵੀ ਉੱਥੇ ਜਾ ਕੇ ਬਿਆਨ ਦਰਜ ਕਰਵਾਏ ਜਾਣਗੇ? ਹਾਂਜੀ, ਅਸੀਂ ਬਿਆਨ ਦਰਜ ਕਰਾਵਾਂਗੇ ਜੀ। ਅਸੀਂ ਅੱਜ ਐਪਲੀਕੇਸ਼ਨ ਵੀ ਦੇ ਕੇ ਆਏ ਹਾਂ MD ਸਾਹਿਬ ਨੂੰ, ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਤੁਹਾਡੀ ਅਮਾਊਂਟ ਵਾਪਸ ਆਊਗੀ ਇਹ ਜਿਹੜੀ ਬਣਦੀ ਹੈ ਜੀ। ਬਾਕੀ ਜਿੱਦਾਂ ਥਾਣਾ ਮੁਖੀ ਕਹਿਣਗੇ ਜੀ, ਅਸੀਂ ਉਦਾਂ ਕਰਾਂਗੇ ਜੀ, ਬਿਆਨ ਵੀ ਦੇਵਾਂਗੇ ਜੀ।
ਇਹ ਲੋਕਾਂ ਦੀ ਦੇਖੋ ਕਿਰਤ ਦੀ ਕੀਤੀ ਹੋਈ ਕਮਾਈ ਜਿੱਥੇ ਬੈਂਕ ਦੇ ਸਾਰੇ ਆਪਾਂ ਛੱਡਦੇ ਉੱਥੋਂ ਵੀ ਚਲੀ ਜਾਵੇ ਤੇ ਫਿਰ ਉਹ ਲੋਕੀ ਵਿਸ਼ਵਾਸ ਕਿਸ ਤੇ ਕਰਨਗੇ? ਦੇਖੋ ਜੀ, ਕੋਈ ਵੀ ਇਨਸਾਨ ਹੈਗਾ ਆਪਣੇ ਚਾਰ ਪੈਸੇ ਇਕੱਠੇ ਕਰਕੇ ਬੈਂਕ ਜਮ੍ਹਾਂ ਕਰਾਉਂਦਾ ਵੀ ਚੱਲ ਮੇਰੇ ਉੱਥੇ ਪਏ ਰਹੂੰਗੇ, ਮੈਂ ਕੋਈ ਨਾ ਕੋਈ ਕੰਮ ਕਰ ਲੂੰਗਾ, ਬੱਚੇ ਦੀ ਮੈਰਿਜ ਕਰਨੀ ਹੈ, ਜੋ ਵੀ ਹੈਗਾ ਕੋਈ ਹੋਰ ਕੰਮ ਕਰਨਾ, ਕਿਸੇ ਨੇ ਮਕਾਨ ਦਾ ਕੰਮ ਕਰਨਾ, ਇਸ ਕਰਕੇ ਵਿਸ਼ਵਾਸ ਕਰ ਦੇਗੇ। ਹੁਣ ਤੁਸੀਂ ਇਹ ਦੱਸੋ ਵੀ ਜਦ ਬੈਂਕ ਸੇਫ ਨਹੀਂ ਹੈਗੇ ਤਾਂ ਕੋਈ ਬੰਦਾ ਕਿੱਥੇ ਪੈਸੇ ਰੱਖੇ? ਘਰ ਰੱਖ ਨਹੀਂ ਸਕਦੇ ਹੈ ਜੀ, ਜੇ 49,000 ਕਹਿੰਦੇ ਅਸੀਂ ਜਮ੍ਹਾਂ ਕਰੂੰਗੇ ਉਸ ਤੋਂ ਬਾਅਦ ਰੱਖ ਨਹੀਂ ਸਕਦੇ। ਕਮਾਈ ਸਭ ਦੀ ਕਿਰਤ ਦੀ ਉਹੀ ਜੋ ਹੈ, ਪਰ ਫਿਰ ਵੀ ਇੰਨਾ ਕੁ ਦੇਖ ਲੈਂਦਾ ਵੀ ਗੁਰੂ ਘਰ ਦਾ ਸੰਗਤ ਦਾ ਪੈਸਾ, ਉਹ ਵੀ ਪੈਸਾ। ਹਾਂ ਜੀ, ਤੁਸੀਂ ਉਹਨਾਂ ਨੇ ਗੁਰੂ ਘਰ ਨੂੰ ਨਹੀਂ ਬਖਸ਼ਿਆ ਹੈਗਾ, ਉਹਨਾਂ ਦੇ ਵੀ ਪੈਸੇ ਆਪਣਾ ਸਮਝੋ ਵੀ 4,00,000 ਗਏ ਸੀਗੇ ਜਮ੍ਹਾਂ ਕਰਾਉਣ ਵਾਸਤੇ, 49,000 ਜਮ੍ਹਾਂ ਕਰਿਆ, ਬਾਕੀ ਆਪਣੀ ਜੇਬ 'ਚ ਪਾ ਲਏ ਉਹਨੇ ਹੈ ਜੀ। ਅਤੇ ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਡਾ ਵੀ ਤਜਰਬਾ ਰਿਹਾ ਕਿ ਲੋਕਾਂ ਨੂੰ ਸਮੇਂ ਸਿਰ ਜੇਕਰ ਆਮ ਘਪਲੇ ਸਾਹਮਣੇ ਅਜਿਹੇ ਆਉਂਦੇ ਨੇ, ਪਹਿਲਾਂ ਵੀ ਆਪਣੇ ਨੇੜੇ ਨਿਊ ਚੰਡੀਗੜ੍ਹ ਵਿੱਚ ਆ ਚੁੱਕਿਆ ਹੈ, ਅਤੇ ਸਮੇਂ ਸਿਰ ਆਪਾਂ ਨਿਗਰਾਨੀ ਕਰਦੇ ਰਹੀਏ, ਖਾਤੇ ਦੇਖਦੇ ਰਹੀਏ, ਸ਼ਾਇਦ ਸਟੇਟਮੈਂਟ ਵੀ ਆਪਾਂ ਨੂੰ ਲੈਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਪਤਾ ਲੱਗ ਜਾਵੇ। ਹੁਣ ਜਾਗਰੂਕਤਾ ਜ਼ਰੂਰੀ ਹੋ ਗਈ, ਆਪਾਂ ਵਿਸ਼ਵਾਸ ਬੈਂਕਾਂ 'ਤੇ ਹੀ ਕਰਦੇ ਸੀ, ਇਹ ਮਜਬੂਰੀ ਵੀ ਸੀ, ਲੋਕ ਨਹੀਂ ਸੋਚਦੇ ਸੀ ਵੀ ਚਲੋ ਅਜਿਹਾ ਨਹੀਂ ਹੋਇਆ, ਪਰ ਜਦੋਂ ਹੁਣ ਬਾੜ ਖੇਤ ਨੂੰ ਖਾਣ ਲੱਗ ਪਈ ਤਾਂ ਹੁਣ ਵਿਸ਼ਵਾਸ ਵੀ ਕਿਸ 'ਤੇ ਕੀਤਾ ਜਾ ਸਕਦਾ ਹੈ? ਦੇਖੋ ਜੀ, ਜਿਹੜਾ ਬੰਦਾ ਪੈਸੇ ਦਾ ਲਾਲਚੀ ਬਣ ਜਾਵੇ ਨਾ, ਨਾ ਉਹਦਾ ਕੋਈ ਭੈਣ ਰਹਿੰਦੀ, ਨਾ ਕੋਈ ਉਹਦਾ ਭਾਈ ਰਹਿੰਦਾ, ਨਾ ਕੋਈ ਉਹਦਾ ਗਾਹਕ ਰਹਿੰਦਾ, ਨਾ ਕੋਈ ਸਰਕਾਰ ਰਹਿੰਦੀ ਹੈ। ਇਹ ਜਸਵੀਰ ਸਿੰਘ ਘੱਟੋ ਘੱਟ 20 ਸਾਲ ਦਾ ਇੱਥੇ ਸਿਆਲਬੀ ਬੈਠਿਆ, ਲੋਕਾਂ ਦਾ ਵਿਸ਼ਵਾਸ ਸੀ। ਦੇਖੋ, ਲੋਕਾਂ ਦਾ ਵਿਸ਼ਵਾਸ ਸੀ, ਪਹਿਲੀ ਤਾਂ ਸਰਕਾਰ ਦੀ ਅਣਗਹਿਲੀ ਹੈ ਕਿ 20 ਸਾਲ ਤੁਸੀਂ ਸੁੱਤੀ ਪਈ ਸਰਕਾਰ, ਕਿਉਂ ਰੱਖਿਆ 20 ਸਾਲ ਇਹਨੂੰ? ਇਹਦਾ ਮਤਲਬ ਮਿਕਸ ਮਿਲੀ ਭੁਗਤੀ ਸਾਰੀ, ਘਪਲਾ ਹੀ ਦਾ ਸਾਰਾ, ਉੱਪਰ ਜਾਂਦਾ ਹੋਣਾ ਪੈਸਾ, MED ਕੋਲ ਜਾਂਦਾ ਹੋਣਾ, ਹੋਰ ਜਾਂਦਾ ਹੋਣਾ। ਮੇਰੇ ਕਹਿਣ ਦਾ ਮਸਲਾ ਵੀ ਇੰਨੀ ਲੰਬੀ ਸਟੇਜ ਤਾਂ ਹੋਣੀ ਨਹੀਂ ਚਾਹੀਦੀ। ਜਿਹੜਾ ਸਰਕਾਰੀ ਲਾ ਕਹਿੰਦਾ ਵੀ 3 ਸਾਲ ਤੋਂ ਬਾਅਦ ਬਦਲੀ ਹੋਣੀ ਚਾਹੀਦੀ ਹੈ, ਔਰ ਮੈਨੇਜਰ ਦਾ ਜਿਹੜਾ ਹੈਗਾ ਇਹ ਤਾਂ ਬਹੁਤ ਜਿਹੜਾ ਅਹਿਮ ਮਸਲਾ ਜੀ, ਇਹ ਤਾਂ ਪੈਸਿਆਂ ਦਾ ਮਸਲਾ, ਇਹ ਤਾਂ ਮੇਰਾ ਖਿਆਲ ਦਾ 1-2 ਸਾਲ ਬਾਅਦ ਤਾਂ ਬਦਲ ਦੇਣਾ ਚਾਹੀਦਾ ਇਹਨੂੰ। ਇੰਨੀ ਦੇਰ ਬੈਠਿਆ ਰਿਹਾ ਹੈ ਇੱਥੇ, ਕਦੇ ਮੁੱਲਾਂ ਪਰ ਬਹਿ ਜਾਂਦਾ ਤਾਂ ਕਦੇ ਸਿਆਲ ਉੱਥੇ ਖਿਦਲਾ ਵੱਲ ਬਹਿ ਜਾਂਦਾ, ਹੁਣ 20 ਸਾਲ ਤੇ ਉਰੇ ਬੈਠਿਆ ਸਿਆਲ ਬੈ। ਮੇਰੇ ਕਹਿਣ ਦਾ ਮਸਲਾ ਇਹ ਸਿਸਟਮ ਸਰਕਾਰ ਦੀ ਵੀ ਗਲਤ ਹੈ ਜੀ, ਬਾਕੀ ਭਰੋਸਾ ਲੋਕਾਂ ਦਾ, ਭਰੋਸਾ ਲੋਕਾਂ ਦਾ ਬੇਵਕੂਫ ਬਣਾਉਣਾ। ਦੇਖੋ, ਹੱਥ ਨਾਲ ਐਂਟਰੀਆਂ ਕਰਦਾ ਤਾ, ਕਿਉਂਕਿ ਇਹਦੇ ਦਿਲ ਵਿੱਚ ਪਾਪ ਸੀ, ਇਹ ਹੱਥ ਨਾਲ ਐਂਟਰੀਆਂ ਤਾਂ ਹੀ ਕਰਦਾ ਤਾ। ਲੋਕ ਜਿਹੜੇ ਹੈ ਭੋਲੇ ਹੈ, ਲੋਕ ਚੜਾਉਂਦਾ ਨਹੀਂ ਸੀ, ਕਾਪੀ ਤੇ ਚੜਾ ਦਿੰਦਾ, ਕਾਪੀ ਚੜਾ ਦਿੰਦਾ ਸੀ। ਹਾਂ, ਹੱਥ ਨਾਲ ਕਰਦਾ ਜੋ ਕੰਮ ਕਰਦਾ, ਆਪਾਂ ਜ਼ਿਆਦਾਤਰ ਕਾਪੀ ਉਹ ਦੇਖਦੇ ਹਾਂ। ਜਦਕਿ ਇਹ ਜਿਹੜਾ ਸਿਸਟਮ ਹੈ ਜੀ, ਕੰਪਿਊਟਰ ਸਿਸਟਮ ਹੈ, ਇਹ ਘੱਟੋ ਘੱਟ ਵੀ 10 ਸਾਲ ਪਹਿਲਾਂ ਚੱਲਿਆ ਹੋਇਆ ਜੀ, ਔਰ ਉੱਥੇ ਕੋਈ ਸਿਸਟਮ ਹੈਗਾ ਸਿਆਲਬੇ ਬੈਂਕ ਦੇ ਵਿੱਚ? ਪਰ ਲੇਕਿਨ ਉਹ ਜਿਹੜਾ ਹੱਥ ਨਾਲ ਕਰਦਾ ਸੀ, ਉਹ ਬੰਦੇ ਦਿਲ 'ਚ ਪਾਪ ਸੀ, ਉਹਨੇ ਮਿਥ ਕੇ ਕਰਿਆ ਜੋ ਕਰਿਆ, ਇਹ ਮਿਥਕਾ ਜੋ ਕਰਿਆ ਹੈ ਉਹਨਾਂ ਜਿਹੜਾ ਹੈਗਾ ਗੁਰਦੁਆਰਾ ਸਾਡਾ ਵੀ ਨਹੀਂ ਬਖਸ਼ਿਆ ਹੈ, ਗੁਰਦੁਆਰੇ ਦੀ ਉਸਾਰੀ ਕਰਨਾ ਚਾਹੁੰਦੇ ਤੇ, ਔਰ ਗੁਰਦੁਆਰੇ ਦੇ ਜਿਹੜੇ ਅਸੀਂ ਕਲੈਕਸ਼ਨ ਕਰਕੇ ਜਿਹੜੀ ਹੈਗੀ ਮਾਇਆ ਇਕੱਠੀ ਕਰੀ ਦੀ ਜੀ ਇਹ, ਕਿ ਤਾਂ ਕਿ ਸਾਡਾ ਗੁਰਦੁਆਰਾ ਛੋਟਾ ਹੈ, ਇਸ ਨੂੰ ਵਿਸ਼ਾਲ ਬਣਾਈਏ, ਅਤੇ ਇਹ ਸਾਡੀ ਜਿਹੜੀ ਹੈਗਾ ਟਾਰਗੇਟ ਤਾਂ ਅਸੀਂ ਥੋੜ੍ਹੇ ਦਿਨਾਂ ਤੱਕ ਇਹ ਕੰਮ ਸ਼ੁਰੂ ਕਰਨਾ ਸੀ, ਲੇਕਿਨ ਸਾਡੇ ਨਾਲ ਬਹੁਤ ਵੱਡੀ ਗੁਰੂ ਘਰ ਦੇ ਨਾਲ ਠੱਗੀ ਹੋ ਗਈ ਹੈ, ਜਿਹੜਾ ਪੈਸਾ ਜ਼ਬਤ ਹੋ ਗਿਆ, ਹੁਣ ਸਾਨੂੰ ਕੋਈ ਆਸ ਉਸ ਤਾਂ ਹੈ ਨਹੀਂ। ਚਲੋ, ਅਸੀਂ ਸਰਕਾਰ ਦੇ ਆਸ ਜ਼ਰੂਰ ਕਰਦੇ ਹਾਂ, ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ, ਤੁਸੀਂ ਜਿਹੜਾ ਲੋਕਾਂ ਦਾ, ਤੁਸੀਂ ਲੋਕਾਂ ਦੀ ਸਰਕਾਰ ਹੈ, ਇਹ ਲੋਕਾਂ ਦਾ ਤੁਸੀਂ ਜਿਹੜਾ ਹੈਗਾ ਪਿਆਰ ਦੇ ਨਾਲ, ਤੁਹਾਨੂੰ ਸਤਿਕਾਰ ਦੇ ਨਾਲ ਲੋਕਾਂ ਨੇ ਤੁਹਾਨੂੰ ਭਰੋਸਾ ਮੈਂਡੇਟ ਦਿੱਤਾ, ਤੋ ਤੁਸੀਂ ਆਪਣੇ ਜਿਹੜੇ ਲੋਕਾਂ ਦੇ ਵਿਸ਼ਵਾਸ 'ਤੇ ਖਰੇ ਉਤਰੋਗੇ, ਮੈਨੂੰ ਆਸ ਹੈ ਤੁਸੀਂ ਨਿੱਜੀ ਦਖਲ ਦਿਓ ਇਹਦੇ ਮਾਮਲੇ ਵਿੱਚ, ਠੱਗੀ ਚਾਹੇ ਕਿਸੇ ਨਾਲ ਵੀ ਹੋਈ ਹੈ, ਚਾਹੇ ਸਾਡੇ ਪਿੰਡ ਦੇ ਗੁਰਦੁਆਰੇ ਨਾਲ ਹੋਈ ਹੈ, ਚਾਹੇ ਜਿਹੜੀ ਕਿਸੇ ਬੰਦੇ ਨਾਲ ਹੋਈ ਹੈ, ਚਾਹੇ ਕਿਸੇ ਹੋਰ ਨਾਲ ਹੋਈ ਹੈ, ਤੁਸੀਂ ਇਹਨੂੰ ਸੀਰੀਅਸਲੀ ਲਓ, ਔਰ ਇਹ ਤੁਹਾਡੀ ਡਿਊਟੀ ਬਣਦੀ ਹੈ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਮੈਂ ਆਸ ਕਰਦਾ ਮੁੱਖ ਮੰਤਰੀ ਸਾਹਿਬ, ਤੁਸੀਂ ਮੇਰੀ ਅਪੀਲ 'ਤੇ ਗੌਰ ਕਰੋਗੇ, ਤੋ ਤੁਸੀਂ ਇਸ ਨੂੰ ਆਪਣਾ ਨਿੱਜੀ ਮਸਲਾ, ਨਿੱਜੀ ਹੱਥਾਂ 'ਚ ਲੈ ਕੇ ਸਾਰਾ ਇਹ ਜਿਹੜਾ ਮਸਲਾ ਹੈ, ਆਪਣੇ ਅਫਸਰਾਂ ਨੂੰ ਕਹਿ ਕੇ, ਆਪਣੇ MDਆਂ ਨੂੰ ਕਹਿ ਕੇ, ਆਪਣੇ ਜਿਹੜੇ ਕੋਪਰੇਟ ਬੈਂਕ ਦੇ ਅਫਸਰ ਨੇ ਵੱਡੇ ਹੈ, ਉਹਨਾਂ ਦੇ ਕੋਲ ਮਸਲਾ ਬਚਾਓ, ਅਤੇ IAS ਅਧਿਕਾਰੀਆਂ ਜਿਹੜੇ ਆਪਣੇ ਉੱਪਰ ਬੈਠੇ ਆ ਮਿਨੀ ਸੈਕਟਰੀਏਟ ਦੇ ਵਿੱਚ,
ਜਿਹੜੀ ਮਤਲਬ ਮੈਨੇਜਮੈਂਟ ਹੈ, ਮੈਨੇਜਮੈਂਟ ਨੂੰ ਤੁਸੀਂ ਤਾੜਨਾ ਕਰੋ ਮੈਨੇਜਮੈਂਟ ਨੂੰ ਜਿਹੜਾ ਇਹ, ਤਾਂ ਕਿ ਛੇਤੀ ਤੋਂ ਛੇਤੀ ਲੋਕਾਂ ਨੂੰ ਸਾਫ਼ ਮਿਲੇ, ਲੋਕਾਂ ਦਾ ਪੈਸਾ ਵਾਪਸ ਆ ਜਾਵੇ। ਜਿਵੇਂ ਹੁਣ ਲੋਕਾਂ ਦੀ ਕਿਰਤ ਦੀ ਕਮਾਈ ਆ ਗੁਰੂ ਘਰ ਦਾ ਵੀ ਪੈਸਾ, ਕੀ ਵਿਭਾਗ ਨੂੰ ਅਗਰ ਹੋਰ ਵੀ ਅਪੀਲ ਕਰਨਾ ਚਾਹੋਗੇ ਤਾਂ ਕਿ ਲੋਕਾਂ ਦਾ, ਸਾਰਿਆਂ ਦਾ ਵਿੱਚ ਰੋਸ ਹੈ, ਇਲਾਕੇ ਵਿੱਚ ਲੋਕ ਉੱਠਣੇ ਖੜ੍ਹੇ ਹੋ ਗਏ ਨੇ, ਕਿਸਾਨ ਜਥੇਬੰਦੀਆਂ ਵੀ ਜੁੜਨੀਆਂ ਸ਼ੁਰੂ ਹੋ ਗਈਆਂ ਨੇ ਕਿ ਸੰਘਰਸ਼ ਦਾ ਮੁੱਦਾ ਨਾ ਬਣੇ ਅਤੇ ਜਲਦੀ ਸਰ ਜਿਹੜਾ ਵਿਭਾਗ ਹੈ ਇਸ ਵੱਲ ਧਿਆਨ ਦੇਵੇ। ਬਿਲਕੁਲ ਦਵਾ ਜੀ, ਕਾਰਵਾਈ ਹੋਣੀ ਚਾਹੀਦੀ ਹੈ ਜੀ। ਸਾਡਾ ਤਾਂ ਗੁਰਦੁਆਰਾ ਸਾਹਿਬ ਦਾ ਦੇਖੋ ਜੀ, ਬੜੇ ਔਖੇ ਜੋੜੇ ਨੇ ਜੀ, ਉਹ ਵੀ ਗਾਇਬ ਕਰਤੇ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਨੇ ਬਖਸ਼ਿਆ, ਹੋਰ ਦੱਸੋਗੇ ਮੈਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਅਸੀਂ ਬਿਆਨ ਦਾਂਗੇ, ਖੜ ਕੇ ਬਿਆਨ ਦਊਂਗੇ ਜੀ, ਜਿੱਦਾਂ ਇਨਕੁਆਇਰੀ ਹੋ ਕੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਸਾਰੇ ਪੈਸੇ ਵਾਪਸ। ਕਾਂਗਰਸ ਵਿੱਚ ਇਹ ਅਧਿਕਾਰੀਆਂ 'ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ? ਢਕੋਰਾਂ ਖੁਰਦ ਦੇ ਗੁਰੂ ਘਰ ਦੇ ਪੈਸੇ ਵੀ ਉਸਦੇ ਵੱਲੋਂ ਹੜੱਪ ਲਏ ਗਏ ਨੇ ਅਤੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਗਿਆ। ਮੈਂ ਤੈਨੂੰ ਇਹ ਕਹਾਂਗਾ, ਕਲਯੁੱਗ ਜਾ ਰਿਹਾ, ਕਿੰਨਾ ਬੁਰਾ ਹਾਲ ਹੈ, ਕੀ ਕੁਛ ਹੋ ਰਿਹਾ, ਪਰਮਾਤਮਾ ਹੀ ਰੱਬ ਰੱਖਿਆ ਇਸ ਤਰ੍ਹਾਂ ਗੱਲਾਂ ਦਾ ਬਾਅਦ ਪਹਿਲਾਂ ਦੇ ਵਾੜ ਹੀ ਕੇਦੂ ਖਾਣ ਲੱਗ ਗਏ। ਮੈਂ ਸਾਰੀਆਂ ਗੱਲਾਂ ਨਿਖੇਧੀ ਕਰਦਾ। ਔਰ ਇਹਨਾਂ ਵੱਲੋਂ ਦੱਸਿਆ ਗਿਆ ਕਿ ਗੁਰੂ ਘਰ ਦਾ ਵੀ ਪੈਸਾ ਜੋ ਗਾਇਬ ਕਰ ਦਿੱਤਾ ਗਿਆ, ਇਸੇ ਤਰ੍ਹਾਂ ਭਾਵੇਂ ਕਿਸੇ ਦਾ ਲੱਖ ਸੀ, ਭਾਵੇਂ ਕਿਸੇ ਦਾ ਕੱਖ ਸੀ, ਕਿਸੇ ਦੀ ਕਿਰਤ ਕਮਾਈ ਕੀਤੀ ਹੋਈ 1.5 ਕਰੋੜ ਰੁਪਇਆ, ਇੱਕ ਬਜ਼ੁਰਗ ਦਾ ਜਦੋਂ ਆਪਣੀ ਜ਼ਮੀਨ ਲੈਣ ਲਈ ਕਢਵਾਉਣ ਜਾਂਦਾ ਤਾਂ ਉੱਥੋਂ ਗਾਇਬ ਹੋ ਜਾਂਦਾ ਹੈ। ਕਿੰਨੇ ਹੀ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ, ਅਗਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਉਹਨਾਂ ਨੂੰ ਕੀ ਧਰਵਾਸ ਮਿਲਦਾ ਖਾਤਾ ਧਾਰਕਾਂ ਨੂੰ, ਕਿ ਵਿਭਾਗ ਇਸ ਪਾਸੇ ਵੱਲ ਧਿਆਨ ਦੇਵੇਗਾ ਜਲਦੀ। ਜੋ ਪੁਲਿਸ ਪ੍ਰਸ਼ਾਸਨ ਹੈ ਉਸਨੇ ਵੀ ਜੋ ਭਰੋਸਾ ਦਿੱਤਾ ਹੈ ਕਿ ਦੋਸ਼ੀ ਨੂੰ ਲੱਭ ਕੇ ਜਲਦੀ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਦਾ ਜਦੋਂ ਖਾਤਿਆਂ ਵਿੱਚ ਪੈਸਾ ਮੁੜੇਗਾ ਉਹਨਾਂ ਨੂੰ ਤਰਵਾਸ ਉਦੋਂ ਹੀ ਮਿਲੇਗਾ। ਦੇਖਦੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਕੋਈ ਸੰਘਰਸ਼ ਛੱਡਣ ਤੋਂ ਪਹਿਲਾਂ ਕਿੰਨੀ ਕੁ ਆਸ ਨੂੰ ਵਿਭਾਗ ਪੂਰੀ ਕਰਦਾ ਹੈ।